ਸਾਸ਼ੀ ਅਕਲ ਬੱਚਿਓ ਇੱਕ ਵਾਰੀ ਫੇਰ ਤੁਹਾਨੂੰ ਤੁਹਾਡਾ ਸਵਾਗਤ ਹੈ 7ਵੀਂ ਦੀ ਪੰਜਾਬੀ ਦੀ ਜਮਾਤ ਵਿੱਚ ਤੇ ਅੱਜ ਅਸੀਂ ਪੜ੍ਹਾਂਗੇ ਲੈਸਨ ਨੰਬਰ 10 ਜੋ ਕਿ ਕਵਿਤਾ ਹੈ ਔਰ ਜਿਸਦਾ ਨਾਮ ਹੈ ਬਚਪਨ ਦੀ ਯਾਰੀ ਇਹ ਕਵਿਤਾ ਵੈਸੇ ਤਾਂ ਤੁਹਾਡੇ ਸਿਲੇਬਸ ਦੇ ਅਕੋਰਡਿੰਗ ਐਕਟੀਵਿਟੀ ਲਈ ਹੈ ਕਵਿਤਾ ਨੂੰ ਮੈਂ ਬਾਅਦ ਵਿੱਚ ਸਮਝਾਵਾਂਗੀ ਸ਼ਾਰਟ ਦੇ ਵਿੱਚ ਕਿਉਂਕਿ ਇਹ ਇੰਨੀ ਔਖੀ ਕਵਿਤਾ ਨਹੀਂ ਹੈ ਕਵਿਤਾ ਪੜ੍ਹ ਕੇ ਹੀ ਸਮਝ ਆ ਜਾਂਦੀ ਹੈ ਤੇ ਐਕਟੀਵਿਟੀ ਤੁਹਾਨੂੰ ਦੱਸਾਂਗੀ ਕੀ ਕਰਨੀ ਹੈ ਔਰ ਬੁੱਕ ਪੜ੍ਹ ਕਰਨ ਲਈ ਤੁਹਾਨੂੰ ਪੀਡੀਐਫ ਸੈਂਡ ਕਰ ਦਾਂਗੀ ਠੀਕ ਹੈ ਚਲੋ ਆਓ ਕਵਿਤਾ ਪੜ੍ਹਦੇ ਹਾਂ ਫਟਾਫਟ ਕ੍ਰਿਸ਼ਨ ਸੁਦਾਮਾ ਬਚਪਨ ਦੇ ਸੰਨ ਸੀਗੇ ਪੱਕੇ ਯਾਰ ਸੁਦਾਮਾ ਰਹਿ ਗਿਆ ਗਰੀਬ ਬ੍ਰਾਹਮਣ ਕ੍ਰਿਸ਼ਨ ਲਾਏ ਦਰਬਾਰ ਇੱਕ ਦਿਨ ਬੋਲੀ ਔਖੀ ਹੋ ਕੇ ਸੀ ਸੁਦਾਮਾ ਦੀ ਨਾਲ ਭੁੱਖ ਨਾਲ ਨੇ ਬਿਲਕਣ ਬੱਚੇ ਇਹਨਾਂ ਦੀ ਲੋਸਾਰ ਸੁਣਿਆ ਤੁਹਾਡੇ ਬਚਪਨ ਦਾ ਹੈ ਦੋਸਤ ਕ੍ਰਿਸ਼ਨ ਮੁਰਾਰ ਜਾਵੋ ਆਖੋ ਉਹਨਾਂ ਨੂੰ ਅਸੀਂ ਹਾਂ ਬੜੇ ਲਾਚਾਰ ਪਤਨੀ ਕੋਲੋਂ ਸੁਣ ਕੇ ਗੱਲਾਂ ਸੁਦਾਮਾ ਹੋਇਆ ਤਿਆਰ ਡਿੱਗਦਾ ਟੈਂਦਾ ਟੈਂਦਾ ਠੇਡੇ ਖਾਂਦਾ ਜਾ ਪਹੁੰਚਾ ਦਰਬਾਰ ਵੇਖ ਸੁਦਾਮਾ ਨੂੰ ਪਹਿਰੇਦਾਰ ਨੇ ਕੀਤੀ ਸੀ ਤਕਰਾਰ ਸੁਦਾਮਾ ਆਖੇ ਪਹਿਰੇਦਾਰ ਨੂੰ ਮੇਰਾ ਬੇਲੀ ਕ੍ਰਿਸ਼ਨ ਮੁਰਾਰ ਸੁਣ ਕੇ ਸੁਦਾਮੇ ਕੋਲੋਂ ਹੱਸਿਆ ਪਹਿਰੇਦਾਰ ਜਾ ਚਲਾ ਜਾ ਇੱਥੋਂ ਪੰਡਤਾ ਖਾਏਗਾ ਦੋ ਚਾਰ ਅਚਾਨਕ ਤੱਕਿਆ ਸੀ ਕਾਨਾ ਨੇ ਨੰਗੇ ਪੈਰੀ ਆਏ ਫੜ ਕੇ ਸੀ ਸੁਦਾਮਾ ਤਾਂ ਹੀ ਸਿੰਘਾਸਨ ਤੇ ਬਿਠਾਏ ਰੁਕਮਣ ਵੇਖੇ ਹੱਕੀ ਬੱਕੀ ਇਹ ਕੌਣ ਹੈ ਆਇਆ ਜਿਸ ਨੂੰ ਮਾਣ ਹੈ ਇੰਨਾ ਦਿੱਤਾ ਸਿੰਘਾਸਨ ਤੇ ਬਿਠਾਇਆ ਅੱਖਾਂ ਵਿੱਚ ਸੀ ਭਰ ਕੇ ਹੰਝੂ ਕ੍ਰਿਸ਼ਨਾ ਨੇ ਫਰਮਾਇਆ ਇਹ ਬਚਪਨ ਦਾ ਯਾਰ ਹੈ ਮੇਰਾ ਗਰੀਬੀ ਦਾ ਸਤਾਇਆ ਰੁਕਮਣ ਤੋਂ ਮੰਗਵਾ ਕੇ ਪਾਣੀ ਪੈਰ ਯਾਰ ਦੇ ਧੋਂਦੇ ਪਾਣੀ ਨਹੀਂ ਸੀ ਸਮਝ ਕੇ ਅੰਮ੍ਰਿਤ ਕਾਨਾ ਮੋਨੂ ਲਾਉਂਦੇ ਭਾਬੀ ਨੇ ਕੀ ਭੇਜਿਆ ਮੈਨੂੰ ਇੱਧਰ ਕਰ ਬੇਈਮਾਨਾ ਫੱਕੇ ਮਾਰ ਸਵਾਦ ਨਾਲ ਖਾਂਦੇ ਚਾਵਲ ਮੇਰੇ ਕਾਨਾ ਕਾਫੀ ਦਿਨ ਸੀ ਰਹਿ ਸੁਦਾਮਾ ਆਪਣੇ ਘਰ ਨੂੰ ਤਾਇਆ ਚੁੱਗੀ ਦੀ ਥਾ ਮਹਿਲ ਦੇਖ ਕੇ ਸੁਦਾਮਾ ਸੀ ਸ਼ਰਮਾਇਆ ਬੱਲੇ ਓ ਮੇਰੇ ਯਾਰ ਕ੍ਰਿਸ਼ਨਾ ਤੇਰਾ ਭੇਦ ਨਾ ਪਾਇਆ ਤਨ ਤੂੰ ਤਨ ਤੇਰੀ ਯਾਰੀ ਯਾਰੀ ਨੂੰ ਚਮਕਾਇਆ ਇਹ ਕਵਿਤਾ ਜੋ ਇਹ ਲਿਖੀ ਸੁਭਾਸ਼ ਗੁਪਤਾ ਨੇ ਔਰ ਇਹਦੇ ਵਿੱਚ ਜੋ ਹੈ ਕ੍ਰਿਸ਼ਨ ਸੁਦਾਮੇ ਦੇ ਬਚਪਨ ਦੀ ਯਾਰੀ ਦਾ ਜ਼ਿਕਰ ਕੀਤਾ ਹੈ ਅਤੇ ਉਹਨਾਂ ਨੇ ਮਿਲਣ ਵਾਲੀ ਘਟਨਾ ਦਾ ਜ਼ਿਕਰ ਕੀਤਾ ਹੈ ਕਿ ਕਿਸ ਤਰ੍ਹਾਂ ਕ੍ਰਿਸ਼ਨ ਜੀ ਨੇ ਸੁਦਾਮੇ ਦੀ ਗਰੀਬੀ ਦੀ ਪਰਵਾਹ ਨਾ ਕਰਦੇ ਹੋਏ ਉਹਨਾਂ ਦਾ ਬਹੁਤ ਚੰਗੀ ਤਰ੍ਹਾਂ ਸਵਾਗਤ ਕੀਤਾ। ਇਸੇ ਵੀ ਦੱਸਿਆ ਗਿਆ ਹੈ ਕਿ ਕ੍ਰਿਸ਼ਨ ਸੁਦਾਮਾ ਜੋ ਸੀ ਬਚਪਨ ਦੇ ਪੱਕੇ ਯਾਰ ਸੀ ਗਰੀਬ ਸੁਦਾਮਾ ਜੋ ਹੈ ਉਹ ਗਰੀਬ ਰਹਿ ਜਾਂਦਾ ਹੈ ਤੇ ਕ੍ਰਿਸ਼ਨ ਜੀ ਜੋ ਹੈ ਉਹ ਰਾਜਾ ਬਣ ਜਾਂਦੇ ਹਨ। ਇੱਕ ਦਿਨ ਉਹਨਾਂ ਦੀ ਪਤਨੀ ਜੋ ਹੈ ਸੁਦਾਮਾ ਦੀ ਉਹਨਾਂ ਨੂੰ ਕਹਿੰਦੀ ਹੈ ਕਿ ਬੱਚੇ ਜੋ ਹੈ ਭੁੱਖ ਨਾਲ ਰੋ ਰਹੇ ਹਨ ਇਹਨਾਂ ਦਾ ਪਤਾ ਲੈ ਲਓ ਤੇ ਜੋ ਤੁਹਾਡਾ ਬਚਪਨ ਦਾ ਦੋਸਤ ਹੈ ਕ੍ਰਿਸ਼ਨ ਉਹਨਾਂ ਕੋਲ ਜਾ ਕੇ ਉਹਨਾਂ ਨੂੰ ਆਪਣਾ ਜੋ ਹੈ ਦੁੱਖ ਦੱਸੋ ਕਿ ਅਸੀਂ ਜੋ ਹਾਂ ਬੜੇ ਮਜਬੂਰ ਹਾਂ। ਪਤਨੀ ਜੀਆਂ ਸਾਰੀਆਂ ਗੱਲਾਂ ਸੁਣ ਕੇ ਸੁਦਾਮਾ ਜੋ ਹੈ ਡਿੱਗਦਾ ਹੋਇਆ ਉਹਨਾਂ ਦੇ ਦਰਬਾਰ ਤੱਕ ਪਹੁੰਚ ਜਾਂਦਾ ਹੈ ਤੇ ਪਰ ਸੁਦਾਮਾ ਨੂੰ ਦੇਖ ਕੇ ਜੋ ਦਰਬਾਰ ਦਾ ਪਹਿਰੇਦਾਰ ਹੁੰਦਾ ਹੈ ਉਹ ਤਕਰਾਰ ਕਰਦਾ ਹੈ ਬਹਿਸ ਕਰਨ ਲੱਗ ਜਾਂਦਾ ਉਹਨਾਂ ਨਾਲ ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇੱਕ ਗਰੀਬ ਜੋ ਹੈ ਬ੍ਰਾਹਮਣ ਐਨੇ ਵੱਡੇ ਰਾਜੇ ਦਾ ਦੋਸਤ ਹੋਵੇ ਸੁਣ ਕੇ ਸੁਦਾਮੇ ਕੋਲੋਂ ਹੱਸਿਆ ਪਹਿਰੇਦਾਰ ਜੋ ਹੈ ਉਹ ਹੱਸਣ ਲੱਗ ਜਾਂਦਾ ਹੈ ਸੁਦਾਮੇ ਦੀ ਗੱਲ ਸੁਣ ਕੇ ਤੇ ਉਹਨੂੰ ਕਹਿੰਦਾ ਇੱਥੋਂ ਚਲਾ ਜਾ ਨਹੀਂ ਤਾਂ ਤੂੰ ਮਾਰ ਖਾਏਗਾ ਪਰ ਜੋ ਹੈ ਕ੍ਰਿਸ਼ਨ ਜੀ ਅਚਾਨਕ ਉਹਨਾਂ ਨੂੰ ਦੇਖ ਲੈਂਦੇ ਹਨ ਗੇਟ ਤੇ ਤੇ ਨੰਗੇ ਪੈਰੀ ਆਉਂਦੇ ਹਨ ਤੇ ਲੈ ਜਾ ਕੇ ਉਹਨਾਂ ਨੂੰ ਆਪਣੇ ਸਿੰਘਾਸਨ ਤੇ ਆਪਣੇ ਜੋ ਜੋ ਰਾਜੇ ਦੀ ਉਹ ਹੁੰਦੀ ਹੈ ਕੁਰਸੀ ਉਸ ਤੇ ਬਿਠਾਉਂਦੇ ਹਨ ਸਿੰਘਾਸਨ ਹੁੰਦਾ ਹੈ ਰੁਕਮਣ ਵੇਖ ਕੇ ਹੱਕੀ ਵਕੀ ਰੁਕਬਨ ਕੌਣ ਹੈ ਕ੍ਰਿਸ਼ਨ ਜੀ ਦੀ ਪਤਨੀ ਰੁਕਮਣੀ ਉਹ ਦੇਖ ਕੇ ਹੱਕੀ ਵਕੀ ਹੋ ਜਾਂਦੀ ਹੈ ਹੈਰਾਨ ਹੋ ਜਾਂਦੀ ਹੈ ਕਿ ਇਹ ਕੌਣ ਹੋ ਸਕਦਾ ਹੈ ਜਿਸ ਨੇ ਨਾ ਮਾਣ ਦਿੱਤਾ ਨੀ ਇੱਜ਼ਤ ਕਰ ਰਹੀ ਨੇ ਕਿ ਆਪਣੇ ਸਿੰਘਾਸਨ ਤੇ ਬਿਠਾਇਆ ਹੈ ਤੇ ਕ੍ਰਿਸ਼ਨ ਜੀ ਅੱਖਾਂ ਵਿੱਚ ਹੰਝੂ ਭਰ ਕੇ ਹੰਝੂ ਹੁੰਦੇ ਆ ਜਿਹੜੇ ਦੁੱਖ ਨਾਲ ਪਾਣੀ ਆ ਜਾਂਦਾ ਅੱਖਾਂ ਵਿੱਚੋਂ ਉਹ ਦੁੱਖ ਨਾਲ ਭਰ ਕੇ ਕਹਿੰਦੇ ਹਨ ਕਿ ਇਹ ਮੇਰੇ ਬਚਪਨ ਦਾ ਯਾਰ ਹੈ ਤੇ ਗਰੀਬੀ ਦਾ ਸਤਾਇਆ ਹੋਇਆ ਹੈ ਯਾਨੀ ਕਿ ਗਰੀਬ ਹੈ ਫਿਰ ਉਹ ਰੁਕਮਣੀ ਤੋਂ ਪਾਣੀ ਮੰਗਵਾਉਂਦੇ ਹਨ ਅਤੇ ਉਹਨਾਂ ਦੇ ਸੁਦਾਮਾ ਜੀ ਦੇ ਪੈਰ ਧੋਂਦੇ ਹਨ ਅਤੇ ਉਹ ਪੈਰ ਧੋਤੇ ਹੋਏ ਪਾਣੀ ਨੂੰ ਅੰਮ੍ਰਿਤ ਸਮਝ ਕੇ ਆਪਣੇ ਮੂੰਹ ਨਾਲ ਲਾ ਲੈਂਦੇ ਹਨ ਉਸ ਤੋਂ ਬਾਅਦ ਉਸ ਨੂੰ ਕਹਿੰਦੇ ਹਨ ਸੁਦਾਮੇ ਨੂੰ ਕਿ ਭਾਬੀ ਨੇ ਮੇਰੇ ਲਈ ਕੀ ਭੇਜਿਆ ਹੈ ਮੈਨੂੰ ਦਿਖਾਤਾ ਉਹਦੀ ਪੋਰਟਲੀ ਦੇ ਵਿੱਚੋਂ ਚਾਵਲ ਖੋਲ ਕੇ ਉਹ ਖਾਂਦੇ ਹਨ ਬਹੁਤ ਦਿਨ ਰਹਿਣ ਪਿੱਛੋਂ ਮਤਲਬ ਦਰਬਾਰ ਵਿੱਚ ਰਹਿਣ ਪਿੱਛੋਂ ਸੁਦਾਮਾ ਜੋ ਆਪਣੇ ਘਰ ਜਾਂਦਾ ਹੈ ਵਾਪਿਸ ਤਾਂ ਉਸਦੀ ਝੁੱਗੀ ਦੀ ਥਾਂ ਤੇ ਇੱਕ ਮਹਿਲ ਬਣਿਆ ਹੋਇਆ ਦੇਖ ਕੇ ਉਹ ਖੁਸ਼ੀ ਖੁਸ਼ੀ ਨਾਲ ਫੁੱਲੇ ਨਹੀਂ ਸਮੋਂਦਾ ਔਰ ਮਨ ਵਿੱਚ ਕਹਿੰਦਾ ਹੈ ਕਿ ਬੱਲੇ ਉਹ ਯਾਰ ਕ੍ਰਿਸ਼ਨਾ ਤੇਰਾ ਭੇਦ ਨਾ ਪਾਇਆ ਕਿ ਜੋ ਹੈ ਸੱਚੀ ਮੁੱਚੀ ਤੂੰ ਜੋ ਹੈ ਚੰਗਾ ਯਾਰ ਹੈ ਜਿਸਨੇ ਕੀ ਜੋ ਹੈ ਆਪਣੀ ਯਾਰੀ ਨੂੰ ਚਮਕਾਇਆ ਹੈ ਜਿਸ ਨੇ ਜਿਸ ਦੀ ਯਾਰੀ ਜੋ ਹੈ ਪੂਰੇ ਸੰਸਾਰ ਵਿੱਚ ਮਸ਼ਹੂਰ ਹੈ ਇਸ ਦੀ ਐਕਟੀਵਿਟੀ ਹੁਣ ਇਹ ਹੈ ਇਸ ਲੈਸਨ ਦੀ ਕਿ ਤੁਸੀਂ ਕਾਪੀ ਦੇ ਉੱਪਰ ਇਸ ਲੈਸਨ ਦੇ ਆਧਾਰ ਤੇ ਇੱਕ ਚੰਗੇ ਯਾਰ ਦੇ ਗੁਣ ਲਿਖਣੇ ਹਨ ਕਿ ਇੱਕ ਚੰਗਾ ਦੋਸਤ ਕਿਹੜਾ ਹੁੰਦਾ ਹੈ ਔਰ ਉਸ ਦੇ ਵਿੱਚ ਕੀ ਗੁਣ ਹੋਣੇ ਚਾਹੀਦੇ ਹਨ ਠੀਕ ਹੈ ਇਹ ਤੁਹਾਡੀ ਐਕਟੀਵਿਟੀ ਹੈ ਔਰ ਬੁੱਕ ਪਾਰਟ ਤੁਸੀਂ ਕਰੋਗੇ ਪੀਡੀਐਫ ਨੂੰ ਦੇਖ ਕੇ ਮੈਂ ਪੀਡੀਐਫ ਸੈਂਡ ਕਰ ਦਾਂਗੀ ਧੰਨਵਾਦ